ਸਲਵਾਤ ਸਾਰੇ ਮੂਮਿਨ ਚ ਕਾਫੀ ਮੂਮਿਨ ਜਮੋ ਸਲਵਾਤ ਦਾ ਪੜ੍ਹਨਾ ਅਜ਼ੀਮ ਇਬਾਦਤ ਏ ਸਾਰੇ ਮੂਮਿਨ ਇਬਾਦਤ ਏ ਸ਼ਾਮਿਲ ਹੋ ਚਵਾ ਨਾਲ ਸਲਵਾਤ ਪੜ੍ਹੋ ਨਾਰੇ ਤਕਬੀਰ ਉਚਵਾਨ ਨਾਰੇ ਤਕਬੀਰ ਨਾਰੇ ਰਿਸਾਲਤ ਨਾਰੇ ਰਿਸਾਲਤ ਨਾਰੇ ਹੈਦਰੀ ਇੰਨੇ ਸਾਰੇ ਮਵਾਲੀ ਸਜਾ ਹੱਥ ਬੁਲੰਦ ਕਰਕੇ ਨਾਰੇ ਹੈਦਰੀ ਸਲਵਾਤ ਸਾਰੇ ਮੂਮਿਨ ਬਾ ਜਮਾਤ ਉਚਵਾ ਨਾਲ ਪੜ੍ਹੋ ਸਭ ਤੋਂ ਪਹਿਲੇ ਦੁਆ ਹੈ ਸੱਯਦ ਹੋਣ ਦੀ ਅਸੀਅਤ 'ਚ ਜਿਤਨੇ ਮੂਮਿਨ ਮਜਲੇ ਸੇ ਹੁਸੈਨ ਟੁਰੇ ਉਹ ਮਾਲਿਕ ਤੁਰਾ ਟੁਰਾਏ ਕਬੂਲ ਫਰਮਾਵੇ ਬਾਨੀਆਂ ਦਾ ਸਾਫੇ ਮਾਤਮ ਵਿਛਾਇਆ ਮਾਲਿਕ ਆਪਣੀ ਬਾਰਗਾਹ 'ਚ ਕਬੂਲ ਫਰਮਾਵੇ ਜਿਤਨੇ ਮੂਮਿਨ ਬੇ ਔਲਾਦਿਨ ਸਦਕਾ ਮੇਰੀ ਸੈਣ ਦੀ ਜੁੜੀ ਝੋਲੀ ਦਾ ਮਾਲਿਕ ਹਯਾਤੇ ਲਈ ਪੁੱਤਰ ਤਾ ਫਰਮਾਵੇ ਜਿਤਨੇ ਮੂਮਿਨ ਬੇ ਰਿਸਕਿਨ ਮਾਲਿਕ ਹੱਕ ਲਾਲ ਦਾ ਰਿਸਕ ਅਤਾ ਫਰਮਾਵੇ ਜਿਤਨੇ ਮੂਮਿਨ ਪਰੇਸ਼ਾਨ ਇਨ ਮਾਲਿਕ ਪਰੇਸ਼ਾਨੀਆਂ ਦੂਰ ਫਰਮਾਵੇ ਜਿਤਨੇ ਮੂਮਿਨ ਭੇਣ ਅਤੇ ਭਿਰਾ ਦੀ ਨਗਰੀ ਵਾਸਤੇ ਸਿੱਖਦੇ ਹਨ ਮਾਲਿਕ ਜਲਦ ਭੇਣ ਅਤੇ ਭਿਰਾ ਦੀ ਨਗਰੀ ਵੰਡ ਦਿਖਾਵੇ ਆਖਰੀ ਦੁਆ ਬਹੁੰਡੀ ਦੁਆ ਇਤਨੇ ਮਜਮੇ 'ਚੋਂ ਮੈਂ ਨਹੀਂ ਜਾਣਦਾ ਚੌਡਾ ਜਾਣਦੇ ਮੁਕੰਮਲ ਦੁਆ ਤੁਸ ਆਪਣੀ ਮਰਜ਼ੀ ਨਾਲ ਆਮੀ ਨਾਖੀ ਅਗਰ ਇਨ ਦੁਆ ਤੇ ਕਹਿ ਮੂਮਿਨ ਜਾਣ ਕੇ ਆਮੀ ਨਾਖੀ ਮੈਂ ਸੈਯਦ ਦਿਲ ਲੁਕਸੀ ਅੱਲਾ ਇਤਨੇ ਤੱਕ ਕਹਿ ਮੂਮਿਨ ਕੋ ਮੌਤ ਨਾ ਦੇਵੇ ਜਿਤਨੇ ਤੱਕ ਚੌਡਾ ਰਾਜ਼ੀ ਨਾ ਹੋਵੇ ਇੱਕ ਸਲਵਾਤ ਪੜ੍ਹੋ ਮੈਂ ਜ਼ਿਕਰ ਪਾਕ ਸ਼ੁਰੂ ਕਰਾਂ ਇਜਾਜ਼ਤ ਹੈ ਬਾਬਾ ਮਜਲਿਸ ਏ ਹੁਸੈਨ 'ਚ ਮਜਲਿਸ ਏ ਸ਼ਬੀਰ 'ਚ ਜਿਤਨੇ ਮੂਮਿਨ ਟੁਰਾਉਂਦੇ ਨੇ ਬੰਦ ਕਰਕੇ ਕਾਰੋਬਾਰ ਛੋੜ ਕੇ ਜ਼ਿਕਰ 'ਚ ਆਉਂਦੇ ਉਹ ਜ਼ਿਕਰ ਸੁਣਨ ਵੀ ਆਉਂਦੇ ਨੇ ਇਤਨਾ ਬੰਦ ਕਰਕੇ ਕਾਰੋਬਾਰ ਛੋੜ ਕੇ ਇੱਥੇ ਨਾ ਕੋਈ ਚੁੱਪ ਕਰਨ ਆਉਂਦੇ ਅਤੇ ਨਾ ਕੋਈ ਇਮਤਿਹਾਨ ਗਿਣਨ ਆਉਂਦੇ ਜ਼ਰੂਰੀ ਨਹੀਂ ਜੋ ਹਰ ਬੰਦਾ ਮੇਰੀ ਵਾਰੀ ਬੋਲੇ ਤਾਂ ਮੈਂ ਕਿਹਾ ਜ਼ਿਕਰ ਸੁਣਨ ਆਇਓ ਅਗਰ ਮੇਰੀ ਵਾਰੀ ਨਾ ਬੋਲੋ ਤਾਂ ਮੈਂ ਕਿਹਾ ਜ਼ਿਕਰ ਸੁਣਨ ਦੀ ਵੀ ਆਏ ਐ ਜ਼ਿਕਰ ਸੁਣਨ ਉਹ ਕਾਫੀ ਟਾਈਮ ਤੋਂ ਜ਼ਿਕਰ ਪਾਕ ਜਾਰੀ ਹੈ ਸ਼ਾਮ ਤੱਕ ਰਾਵਣੇ ਸਾਰੇ ਦੀ ਜ਼ਾਕਿਰ ਸੁਣ ਸੇ ਕਹਿ ਨਾ ਕਹਿ ਜ਼ਾਕਿਰ ਦੀ ਵਾਰੀ ਤੇਰੀ ਅੱਖ 'ਤੇ ਔਰ ਤੇਰੀ ਜ਼ੁਬਾਨ 'ਤੇ ਮੋਹਰ ਲੱਗ ਸੀ ਜ਼ਰੂਰ ਔਰ ਇਹ ਮੈਂ ਕਰੀ ਨਹੀਂ ਆਖਾ ਅਲਮ ਗਵਾਇਨ ਮੇਰੇ ਨਾਲ ਚੌਖੇ ਬੰਦੇ ਬੋਲਣ ਤਾਂ ਮੈਂ ਆਖਾਂ ਮੈਂ ਮਜਲਿਸ ਹੁਣ ਜੰਨਤ ਬਣੀ ਏ ਤੁਸਾਂ ਬੋਲੋ ਤਾਂ ਵੀ ਜੰਨਤ ਏ ਤੁਸਾਂ ਨਾ ਬੋਲੋ ਤਾਂ ਵੀ ਜੰਨਤ ਏ ਔਰ ਇਤਨਾ ਮੈਂ ਹਰ ਮਜਲਿਸ ਹੀ ਚਾਹਦਾ ਜਿਤਨੇ ਤੱਕ ਮੇਰੀ ਜ਼ਿੰਦਗੀ ਹੈ ਜ਼ਿਕਰ ਮੇਰੇ ਨਸੀਬ 'ਚ ਹੈ ਸੱਚਾਂ ਦੇ ਮਿੰਬਰ 'ਤੇ ਖੜ ਕੇ ਅਦਰਾਨਾ ਏ ਜ਼ਿਕਰ ਨਾ ਜ਼ਿਆਦੇ ਮਜਮੇ ਨਾਲ ਏ ਨਾ ਜ਼ਿਆਦੀ ਦੌਲਤ ਨਾਲ ਏ ਨਾ ਜ਼ਿਆਦੇ ਟਾਈਮ ਨਾਲ ਏ ਮਿੰਬਰ 'ਤੇ ਖੜਾਂ ਅਤੇ ਉੱਚੇ ਆਵਾਜ਼ ਨਾਲ ਖੜਾ ਦਾਂ ਜਿਵੇਂ ਅੱਲਾਹ ਦੀ ਨਮਾਜ਼ ਨੀਅਤ ਨਾਲ ਏ ਹੁਸੈਨ ਦਾ ਜ਼ਿਕਰ ਵੀ ਨੀਅਤ ਨਾਲ ਮਿਹਰਬਾਨੀ ਮਦੀਨੇ ਵਾਲੇ ਵੱਡੇ ਲੈ ਪਾ ਲੈਨ ਆਉਣ ਵਾਲੇ ਬੰਦੇ ਦੀ ਨੀਅਤ ਵੇਦਨ ਹਸੀਅਤ ਨਹੀਂ ਇਤਨੇ ਪਿੰਡਾਂ 'ਚ ਜ਼ਿਆਦਾ ਨਹੀਂ ਫਕਤ ਪੰਜ ਚਿੱਟੀ ਦਾੜੀ ਵਾਲੇ ਮੂਮਿਨ ਮੁਹੱਬਤ ਨਾਲ ਦੁਆ ਕਰਨ ਮੈਂ ਸੈਯਦ ਆਵਣ ਦਾ ਮਕਸਦ ਪੂਰਾ ਥੀ ਗਏ ਬਾਬਾ ਜੀ ਹੱਬਜ ਦੀ ਸ਼ਹੀ ਛੋੜ ਕੇ ਆਈਏ ਦਰਵਾਜ਼ੇ 'ਤੇ ਆ ਬੈਠੀ ਆਦੀ ਉਹ ਕੁਝ ਬੈਠੀ ਹੈ ਜੇ ਨੀਅਤ ਪਸੰਦ ਆ ਗਈ ਉਹਨੇ ਤਾਂ ਅੰਦਰ ਆਪ ਲੈ ਵੈਸਾ ਮਿਹਰਬਾਨੀ ਜੇ ਨੀਅਤ ਪਸੰਦ ਆ ਗਈ ਅੰਦਰ ਆਪੇ ਲੈ ਵੈਸਨ ਨਹੀਂ ਤਾਂ ਸਾਰੀ ਜ਼ਿੰਦਗੀ ਇਸ ਬੂਹੇ 'ਤੇ ਮੈਂ ਨਿਭਾ ਲੈ ਸਾਂ ਨੀਅਤ ਪਸੰਦ ਆ ਗਈ ਅੰਦਰ ਲੈ ਵੈਸਨ ਨਹੀਂ ਤਾਂ ਸਾਰੀ ਜ਼ਿੰਦਗੀ ਇਸ ਬੂਹੇ 'ਤੇ ਮੈਂ
ਨਿਭਾ ਲੈ ਸਾਂ। ਅਬਾਸ ਦੇ ਅਲਮ ਦੀ ਕਸਮ ਹੈ, ਮਤ ਆਮ ਨਹੀਂ ਟੁਰਾ, ਅੱਲਾਹ ਦਾ ਨਬੀ ਟੁਰੇ। ਹੱਥ 'ਚੋਂ ਹੱਥ ਪਾ ਕੇ ਦੇ ਦੀ ਫਿਜ਼ਾ, ਦਰਵਾਜ਼ੇ 'ਤੇ ਕਿਉਂ ਬਹਿ ਗਈ? ਅਦਬ ਦਾ ਸਰ ਝੁਕਾ ਕੇ ਆਦੀ, ਜਿੱਥਾ ਅੱਲਾਹ ਦਾ ਨਬੀ ਇਜਾਜ਼ਤ ਮੰਗ ਕਿਵੇਂ ਦੇ? ਮੈਂ ਕਨੀਜ਼ ਦੀ ਕਿਆ ਜ਼ਰੂਰਤ ਹੈ? ਮੁਹੰਮਦ ਮੁਸਤਫਾ ਫਰਮੈਂਦੇ, ਅਗਰ ਈ ਨੀਅਤ ਨਾਲ ਟੁਰਾਈ ਜਿਵੇਂ ਉਹ ਧੀਏ, ਤੋ ਮੇਰੀ ਫਿਜ਼ਾ ਉਹ ਹੈ ਜੀ। ਹੱਥ ਬੁਲੰਦ ਕਰਕੇ ਮਿਹਰਬਾਨ ਤਵਜੋ ਹੈ। ਕਦੀ ਕਹਿ ਜ਼ਾਕਰ ਦੇ, ਕਦੀ ਕਹਿ ਮੂਮਿਨ ਤੇ, ਨਾ ਇਤਰਾਜ਼ ਕੀਤੇ, ਨਾ ਕਰੇ ਸਾਂ, ਨਾ ਕਰਨਾ ਚਾਹੀਦਾ। ਮੇਰੇ ਇਤਰਾਜ਼ ਨਹੀਂ, ਮੇਰੇ ਦਿਲ ਦੀ ਆਵਾਜ਼ ਹੈ, ਮੈਂ ਸੈਯਦਾਂ, ਮੇਰਾ ਹੱਕ ਬਣਦੇ। ਕੁਝ ਜ਼ਾਕਰੀਨ, ਕੁਝ ਮੋਮਿਨੀਨ ਇਸ ਪਾਕ ਮੈਂਬਰ ਕੋ ਸਟੇਜ ਛੱਡੇ, ਮੈਂ ਮਨਾ ਕਰੇ ਸੇ, ਸਟੇਜ ਨਹੀਂ ਮੈਂਬਰ ਹੈ। ਸ਼ਰੀਫਾਂ ਦੇ ਮੈਂਬਰ ਹੁੰਦੇ ਨੇ, ਸਟੇਜਾਂ ਨਹੀਂ ਆਉਂਦੀਆਂ। ਔਰ ਛੜਾ ਮੈਂਬਰ ਨਹੀਂ, ਇਹ ਕਬਰ ਹੁਸੈਨ ਹੈ। ਸ਼ੀਆ ਕੌਮ ਚੀ ਤੋਂ ਵੱਡੀ ਬਈ ਕਸਮ ਕੋਈ ਨਹੀਂ। ਮੈਂਬਰ ਸਮਝੇ ਹੱਥ ਰੱਖੀ ਖੜਾ, ਕਬਰ ਹੁਸੈਨ ਸਮਝੇ ਹੱਥ ਰੱਖੀ ਖੜਾ। ਕੋਈ ਝਿੱਕੇ ਲਹਿਜੇ ਨਾਲ ਨਾ ਖੜਾ ਦਾ, ਉੱਚੇ ਆਵਾਜ਼ ਨਾਲ ਖੜਾ ਦਾ, ਕਬਰ ਹੁਸੈਨ ਤੇ ਹੱਥ ਰੱਖ ਕੇ ਆਦਾ ਪੀਆਂ, ਗਾਜ਼ੀ ਦੇ ਅਲਮਾਂ ਦੇ ਦਰਮਿਆਨ ਖੜ ਕੇ ਆਦਾ ਪੀਆਂ, ਝੂਠ ਬੋਲਾਂ, 14 ਸਜ਼ਾ ਦੇਵੇਨ ਤੇ ਅੱਖੀ ਦੇ ਸਾਹਮਣੇ ਦੇਵੇਨ, ਕਬਰ ਹੁਸੈਨ ਤੇ ਸੈਯਦ ਹੱਥ ਰੱਖ ਕੇ ਆਦਾ ਪਈ। ਮੇਰਾ ਮੌਲਾ ਹੁਸੈਨ ਫਰਮੈਂਦੇ, ਜਿਹੜਾ ਮੋਮਿਨ ਮੇਰੇ ਬਾਬੇ ਦੇ ਰਿੱਤੇ ਫਰਮਾਨ ਤੇ ਅਮਲ ਕਰਦੇ ਤੇ ਆ ਕੇ ਮੇਰੀ ਮਜਲਿਸ 'ਚ ਬੁਲੈਂਦੇ, ਮੈਂ ਹੁਸੈਨ ਵਾਦਾ ਪਿਆ ਕਰੈਨਾ। ਬੰਦਾ ਕਬਰ 'ਚ ਨਾ ਬੋਲੇ ਸੀ, ਕਬਰ 'ਚ ਮੇਰਾ ਬਾਬਾ ਅਲੀ ਬੋਲੇ ਸੀ। ਔਰ ਜਿਹਦਾ ਜ਼ਿਕਰ ਸੁਣਦੇ ਬੈਠੇ ਹੋ, ਮਰ ਵੰਜਣ ਦੇ ਬਾਅਦ ਇਹਨਾਂ ਦੇ ਬਾਬੇ ਦੀ ਕੁਰਸੀ ਕਬਾਰੇ ਚਾ ਲੱਗਦੀ। ਅੱਲਾ ਦੇ ਭੇਜਿਆ ਮਲਾਇਕ ਪੁੱਛੀ, ਮਨ ਰੱਬੋ ਕਾ ਤਰ ਰੱਬ ਕੌਣ? ਅਗਰ ਪੁੱਛਣ ਦਲੇ ਜੇ ਤਲਖੀ ਹੋ ਸੀ, ਜਬ ਉਸੇ ਦਲੇ ਜੇ ਨਾਲ ਪੁੱਛਦਾ ਪਿਓ ਸੀ, ਮੇਰਾ ਮੌਲਾ ਅਲੀ ਮੁੰਡਾ ਲਾ ਕੇ ਅਕਸੀ, ਬੇਵਤਨ ਜ਼ਰੂਰ ਏ, ਬੇਵਾਰਿਸ ਨਾ ਸਮਝੇ, ਮੈਂ ਅਲੀ ਦਾ ਵਾਰਿਸ ਬੈਠਾ ਸੀ। ਤਵਜੋ ਹੈ, ਤੁਹਾਡੀ ਜ਼ਿੰਦਗੀ ਹੋਵੇ। ਮੈਂ ਗੱਲ ਸ਼ੁਰੂ ਕਰਾਂ, ਇਰਾਦਾ ਮੇਰਾ ਕੁਝ ਹੋਰ ਹੈ। ਪਹਿਲੇ ਜਾਫਰੀ ਸਾਹਿਬ, ਮੈਂ ਪੀਰ ਦੀ ਗੱਲ ਸੁਣ ਕੇ, ਤਕਰੀਰ ਸੁਣ ਕੇ ਬੜਾ ਦਿਲ ਖੁਸ਼ ਹੈ। ਮੌਲਾ ਜ਼ਿੰਦਗੀ ਕਰੇ ਸੀ, ਕਰੇ ਕੁਝ ਨਾ ਹੋਵੇ ਸੀ, ਆਪਣੇ ਬੱਚਿਆਂ 'ਤੇ ਸਾਇਆ ਕਾਇਮ ਹੋਵੇ ਸੀ। ਤੋ ਮੇਰੇ ਵੀ ਦਿਲ ਬਣ ਗਏ ਵੀ ਜਿਹੜੇ ਲਫ਼ਜ਼ ਉਹ ਛੋੜ ਗਏ, ਮੈਂ ਉਹਨਾਂ 'ਚੋਂ ਥੋੜ੍ਹੇ ਜਿਹੇ ਛੋੜੇ ਹੀ ਵਜਾਂ। ਤਵਜੋ ਹੈ, ਮੈਦਾਨ ਮੁਬਾਲਕ ਕਿਤਨੇ ਗਏ ਬਾਬਾ? 5 ਹੁਣ ਸੁਣਦੇ ਪੈ ਵੇ, ਸੱਚੇ ਉਸ ਮੈਦਾਨ 'ਚ ਗਏ। ਕੁਝ ਲੋਕਾਂ ਕੋ ਪਤਾ ਲੱਗੇ ਵੀ ਤਲਵਾਰ ਦੀ ਜੰਗ ਨਹੀਂ, ਮੈਂ ਕਿ ਕੁਝ ਲੋਕਾਂ ਕੋ ਪਤਾ ਲੱਗੇ ਬਈ ਤਲਵਾਰ ਦੀ ਜੰਗ ਨਹੀਂ, ਹਾਂ ਤੇ ਗੱਲ ਹੈ ਸੱਚਾਂ ਦੀ। ਤੇ ਚਲੋ ਸੱਚੇ 'ਚ ਅਸੀਂ ਸ਼ਾਮਿਲ ਥੀ ਵਜੂੰ, ਜੋ ਸਾਰੀ ਜ਼ਿੰਦਗੀ ਅਸਾਂ ਵੀ ਸੱਚੇ ਸਨੀ ਦੇ ਰਸੋਂ ਇਹ ਤਿਆਰੀ ਕਰਕੇ ਐਨ ਸਰਕਾਰ ਦੇ ਕੋਲ। ਇੱਕ ਸਲਵਾਤ ਪੜੋ ਸਾਰੇ ਮੋਮਿਨ ਨੂੰ ਚਾਹੋ, ਕੱਲ੍ਹ ਇਨਸ਼ਾਅੱਲਾ 12 ਤੋਂ ਹਿਕ ਮੈਂ ਕਿਤਾਂ ਬਾਸ਼ ਵਾਲਾ, ਹਾਂ ਉੱਥੇ ਮੈਂ ਇਨਸ਼ਾਅੱਲਾ ਨੌਕਰੀ ਦੇ ਸਾਂ 12 ਤੋਂ ਹਿਕ। ਬਾਬਾ ਜੀ ਗੱਲ ਭੁੱਲੀ ਤਾਂ ਨਹੀਂ ਬਾਈ ਜਾਨ? ਇਹ ਵੀ ਤਿਆਰੀ ਕਰਕੇ ਸਰਕਾਰ ਦੇ ਕੋਲ ਆਏ, ਸਰਕਾਰ ਅਸਾਂ ਨਾਲ ਚੱਲਣੇ। ਸਰਕਾਰ ਫਰਮਾਏ ਅੱਲਾਹ ਦਾ ਹੁਕਮ ਇਵੇਂ ਹੈ, ਉਸ ਮੈਦਾਨ 'ਚ ਵੰਜਣਾ ਸੱਚਾ। ਉਹਨਾਂ ਕਿ ਸਹੀ ਹੈ ਅਸਾਂ ਵੀ ਸੱਚੇ, ਜਿਹੜਾ ਕਹਿੰਦੇ ਨਾ ਸਹੀ ਅਸਾਂ ਸੱਚੇ ਹੈ, ਸਰਕਾਰ ਇਵੇਂ ਥੋੜ੍ਹੇ ਜਿਹੇ ਮੁਸਕਰਾਉਣੇ ਤੇਰੇ ਦੇ ਮੂੰਹ ਦੁਰੇ ਕਹਿ ਦੇ, ਜਿਹੜੇ ਤੁਸੀਂ ਸੱਚੇ ਹੋ ਉਹ ਮੈਂ ਵੀ ਜਾਣਦਾ ਤੇ ਉਹ ਵੀ ਜਾਣਦੇ। ਆਹ
ਮੈਂ ਵੀ ਜਾਣਦਾ ਉਹ ਵੀ ਜਾਣਦੇ। ਚਲੋ ਤੁਸੀਂ ਤਿਆਰੀ ਕਰਕੇ ਆਏ ਹੋ, ਮੈਂ ਤੁਹਾਡੀ ਤਿਆਰੀ ਕੈਂਸਲ ਨਾ ਕਰਵਾਉਂਦਾ, ਮੈਂ ਉਹਦੇ ਕੋਲ ਮਨਵੈਂਦਾ, ਮੈਂ ਤੁਹਾਨੂੰ ਨਾਲ ਗਿਣਵੈਂਦਾ। ਜਿਵੇਂ ਉਹ ਆਖੇ ਉਵੇਂ ਮੈਂ ਕਰਦਾ, ਜਿਵੇਂ ਮੈਂ ਆਖਾਂ ਉਵੇਂ ਉਹ ਕਰਦੇ। ਪਰੇਸ਼ਾਨ ਨਹੀਂ ਥੀ ਵੀ ਉਹ ਘਬਰਾਓ ਨਹੀਂ, ਮੈਂ ਉਹਦੇ ਕੋਲ ਮਨਵੈਸਾਂ, ਉਹ ਮਨਵੈਸੀ, ਮੈਂ ਗਿਣਵੈਸਾਂ। ਅਗਰ ਤੁਹਾਡੀ ਧਰਤੀ ਇਸ਼ਾਰੇ ਦੀ ਕਦਰ ਕਰੇ, ਸਈਆ ਤੁਹਾਡੀ ਧਰਤੀ 'ਤੇ ਇੱਕ ਬਹੁਤ ਬੜਾ ਇਸ਼ਾਰਾ ਕਰਨਾ ਚਾਹੁੰਦੇ, ਜਿਹਨਾਂ ਕਹਿੰਦਾ ਮੈਂ ਉਹਦੇ ਕੋਲ ਮਨਵੈਂਦਾ, ਉਹ ਮਨ ਵੈਸੀ, ਮੈਂ ਗਿਣ ਵੈਸਾਂ। ਇੱਕ ਉੱਚੀ ਜਿਹੀ ਕੱਦ ਵਾਲਾ ਬੰਦਾ ਸਾਹਮਣੇ ਆ ਕੇ ਹੱਥ ਬੰਨ ਕੇ ਦੇ, ਸਹੀ ਜ਼ਰੂਰ ਮਨਵਾਓ, ਜਿਨ 'ਤੇ ਅਸਾਂ ਨਹੀਂ ਮੰਨਣਾ ਚਾਹੁੰਦੇ ਉਡੇ ਗਿਣ ਵੈਂਦੇ ਹੋ। ਸਮਝੀ ਤੁਸੀਂ ਸਾਰੇ ਬੈਠੇ ਹੋ, ਜੇ ਇਹਨਾਂ ਦੇ ਨਾਂ ਚਾਵਣ ਨਾਲ ਬੰਦਾ ਢਕੀ ਵੈਂਦੇ ਤੇ ਮੇਰਾ ਢਕੀ ਵਣ ਵਾਲਾ ਪ੍ਰੋਗਰਾਮ ਕੋਈ ਨਹੀਂ। ਤੇ ਦਰਜਾਤ ਬੁਲੰਦ ਹੋਵੇ ਰਾਕਟ ਸਾਹਿਬ ਦੇ, ਉਹ ਆਦਾਰਾਂ ਦਾ ਮੋਮਨ, ਉਹ ਤੁਸਾਂ ਲਾਨਤ ਕਰ ਲਈ ਕਰੋ, ਲਾਨਤ ਕੋ ਬੱਤੇ ਮੇਰੇ ਪੇਕੇ ਕਿੱਧਰ ਆਉਂਦਾ ਹੋ ਜੇ। ਸਰਕਾਰ ਫਰਮਾਇਆ ਉੱਥਾਂ ਉਹਨਾਂ ਵੱਜਣੇ ਜਿਹੜੇ ਸੱਚੇ ਹੋ। ਸੱਚੇ ਤਵਜੋ ਕਰਾਏ ਬਾਈ, ਇਹਨਾਂ ਆਤਮਾ ਨੇ ਕਿਹਾ ਕਿ ਸਰਕਾਰ ਜਿੱਥਾ ਅਸਾਂ ਵੰਜਣਾ ਚਾਹੁੰਦੇ ਉੱਥਾਂ ਨਾਲ ਨਹੀਂ ਵੰਜਦੇ, ਜਿੱਥਾ ਅਸਾਂ ਨਹੀਂ ਵੰਜਣਾ ਚਾਹੁੰਦੇ ਉੱਥਾਂ ਨਾਲ ਗਿਣ ਵੈਂਦੇ। ਸਰਕਾਰ ਫਰਮਾਇਓ ਬਾਲੀਆਂ ਤਿਆਰੇ ਨਾ ਕਰੋ, ਮੈਂ ਉਹਦੇ ਕੋਲ ਮਨਵੈਸਾਂ, ਉਹ ਮਨ ਵੈਸੀ, ਮੈਂ ਗਿਣ ਵੈਸਾਂ। ਅਤੇ ਮੈਂ ਮੁਹੰਮਦ ਦੀ ਗੱਲ ਤੁਸਾਂ ਯਾਦ ਰੱਖਿਆ, ਉਹ ਤੋਂ ਵਾਪਸ ਜ਼ਿੰਦਾ ਉਹ ਵੱਲ ਸੀ ਜੈ ਪੂਰੀ ਜ਼ਿੰਦਗੀ ਝੂਠ ਨਾ ਬੋਲਾ ਉਸ, ਜਿਹਦੇ ਕੋਲ ਹੱਥੇ ਹੱਥ ਬੁਲੰਦ ਕਰਕੇ ਮਿਹਰਬਾਨੀ। ਹੁਣ ਅਗਾਂ ਇਹ ਤਾਂ ਜਾਣਦੇ ਹੋ ਬਈ, ਇਹ ਇਤਨਾ ਜਾਣਦੇ ਹਨ ਵੀ ਜੋ ਸਰਕਾਰ ਫਰਮਾਏ ਉਹ ਹੁੰਦਾ ਸੱਚ ਏ। ਹੁਣ ਜਦੋਂ ਇਤਨਾ ਇਹ ਜਾਣਦੇ ਹਨ ਵੀ ਜੋ ਫਰਮਾਏ ਉਹ ਹੁੰਦਾ ਸੱਚ ਏ, ਵੱਧ ਅੱਗੇ ਹੁਣ ਆਪ ਸਮਝਦਾਰ ਹੋ, ਇਹਨਾਂ ਦੀ ਤਿਆਰੀ ਕੈਂਸਲ, ਧਰਨਾ ਖਤਮ, ਤਬਦੀਲੀ ਖਤਮ ਨਹੀਂ ਆ ਗਈ। ਤਵਜੋ ਏ, ਹੁਣ ਸੁਣਦੇ ਪੈਵੇ ਬਾਬਾ ਮਰ ਗਏ। ਤਵਜੋ ਏ, ਇੱਕ ਸਲਵਾਤ ਪੜੋ ਸਾਰੇ ਮੋਮੇ ਨੂੰ ਚਵਾ। ਬਿਸਮਿਲ੍ਲਾ, ਮੈਂ ਤਾਂ ਕਿ ਉੱਚਾ ਜਿਹਾ ਮਖਦੂਮ ਹੈ ਜਵਾ ਗਏ। ਬਿਸਮਿਲ੍ਲਾ, ਸਲਵਾਤ ਪੜੋ ਚਵਾ। ਉੱਚੀ ਆਵਾਜ਼ ਨਾਲ ਸਲਵਾਤ ਪੜੋ। ਮਿਹਰਬਾਨੀ, ਨਾਰਾਜ਼ ਕੀ ਬਾਤ। ਤਵਜੋ ਹੈ ਬਾਬਾ, ਹੁਣ ਪੀਰ ਕਨ ਸੁਣਦੇ ਪਏ ਵੇ, ਟੁਰਨ ਦੀ ਤਰਤੀਬ ਕਿਆ? ਅੱਗੇ ਅੱਗੇ ਮੁਹੰਮਦ ਮੁਸਤਫਾ, ਹੁਸੈਨ ਬਾਦਸ਼ਾਹ ਕੁਹਾਂ ਨਾਲ, ਹਸਨ ਬਾਦਸ਼ਾਹ ਕੁੰਗਿਲ ਨਾਲ, ਅੱਗੇ ਮੁਹੰਮਦ, ਪਿੱਛੇ ਮੇਰੀ ਸੈਣ, ਪਿੱਛੇ ਅਲੀ ਬਾਦਸ਼ਾਹ। ਇਹ ਟੁਰਨ ਦੀ ਤਰਤੀਬ ਕਹਿੰਦੀ, ਜਿਨ੍ਹਾਂ ਸਾ ਕੋ ਸ਼ਰੀਅਤ ਰਸੀ, ਜਿਨ੍ਹਾਂ ਸਾ ਕੋ ਸ਼ਰੀਅਤ ਸਮਝਾਈ, ਜਿਨ੍ਹਾਂ ਦੀ ਸ਼ਰੀਅਤ 'ਤੇ ਅਸਾਂ ਅਮਲ ਕਰਦੇ ਹਾਂ। ਅਗਲੀ ਗੱਲ, ਇਸ ਮਕਾਮ 'ਤੇ ਲਫਜ਼ ਏ ਜ਼ਮਾਨੇ ਦਾ ਰਿਵਾਜ ਇਸਤੇਮਾਲ ਕਰ ਸਕਦਾ, ਲਫਜ਼ ਏ ਬੈਜਨ ਸ਼ਰੀਅਤ ਇਸਤੇਮਾਲ ਨਾ ਕਰ ਸਕਦਾ, ਕਿਉਂਕਿ ਜਿਹੜੇ ਸ਼ਰੀਅਤ ਦੇ ਮਾਲਕ ਜਿਵੇਂ ਪੈ ਟੁਰਦੇ ਹੁਕਮੈਂ ਜ਼ਮਾਨੇ ਦਾ ਰਿਵਾਜ ਆਖ ਸਕਦਾ। ਬਾਬਾ ਜੀ, ਲਫਜ਼ ਏ ਸ਼ਰੀਅਤ ਇਸਤੇਮਾਲ ਨਾ ਕਰ ਸਕਦਾ। ਜ਼ਮਾਨੇ ਦਾ ਰਿਵਾਜ ਕਿਆ ਹੈ? ਹਮੇਸ਼ਾ ਮਰਦ ਗੁ ਟੁਰੇ, ਮਸਤੂਰ ਪਿੱਛੋਂ ਟੁਰੇ। ਅੱਜ ਅੱਲਾ ਦਾ ਹੁਕਮ ਕਿਵੇਂ ਹੈ? ਅੱਗੇ ਮੁਹੰਮਦ, ਪਿੱਛੇ ਮੇਰੀ ਸੈਣ, ਪਿੱਛੇ ਅਲੀ ਬਾਦਸ਼ਾਹ। ਜੇ ਕੋਈ ਜਨ ਸਮਝ ਨਹੀਂ, ਪਹਿਲਾ ਕਦਮ ਮੁਹੰਮਦ ਦਾ, ਉੱਤੇ ਕਦਮ ਮੇਰੀ ਸੈਣ ਦਾ, ਉੱਤੇ ਕਦਮ ਅਲੀ ਬਾਦਸ਼ਾਹ ਦਾ,
ਬੋਲੇ ਤਸੱਯਾ ਤੇਰੀ ਧਰਤੀ ਤੇ ਲਫ਼ਜ਼ ਬਹੁਤ ਆਖਣ ਲੱਗੇ। ਮੈਂ ਅਦਰਾਨਾ ਜਿਹਦੇ ਪੈਰਾਂ ਦੇ ਪਰਜਾਂ ਦੀ ਹਿਫਾਜ਼ਤ ਨਬੂਆ ਤੌਰ ਇਮਾਮਤ ਕਰੇ ਹੁਕੂ ਬਤੂਲਾ ਦੇ ਮਿਹਰਬਾਨੀ ਹੱਥ ਬੁਲੰਦ ਕਰਕੇ ਮਿਹਰਬਾਨੀ ਵਜੋ ਹੇ ਬਾਬਾ ਸਾਰੇ ਲਵ ਛੋੜ ਦਿੱਤੇ ਮੇਰੀ ਸੈਣ ਦਾ ਪਰਦਾ ਕੌਣ ਕੌਣ ਬਣੇ? ਮੁਹੰਮਦ ਮੁਸਤਫਾ, ਅਲੀ ਬਾਦਸ਼ਾਹ, ਹਸਨ ਔਰ ਹੁਸੈਨ, ਕਿਆ ਬਣੇ? ਮੇਰੀ ਸੈਣ ਦਾ ਪਰਦਾ ਬਣੇ। ਮੇਰੀ ਸੈਣ ਖੁਤਬਾ ਪੜਾ, ਖੁਤਬੇ ਦੇ ਬਾਅਦ ਬੀਬੀ ਥੋੜ੍ਹੀ ਜਿਹੀ ਮਿੱਟੀ ਚਈ, ਮਿੱਟੀ ਰੱਖੀ ਹੱਥੇ ਲਿੱਤੇ, ਬੀਬੀ ਫਰਮਾਉਂਦੀ ਹੈ ਦੱਸਾ ਹੋਏ ਕਿਆ ਹੈ? ਉਹਨਾਂ ਕਿ ਬੀਬੀ ਇਹ ਖਾ ਕੇ ਰੇਤੇ ਮਿੱਟੀ ਹੈ। ਬੀਬੀ ਆਦੀ ਅਗਰ ਇੱਕ ਖਾਕ ਤਸਲੀਮ ਕਰ ਗਏ ਉਹ ਤੋਂ ਵੱਧ ਮਨ ਵਜੋ ਮੇਰਾ ਬਾਬਾ ਸੱਚਾ ਹੈ। ਇਹਨਾਂ ਕਿ ਬੀਬੀ ਤੁਹਾਡੇ ਲਹਿਜੇ 'ਚ ਸੱਚ ਇਤਨਾ ਹੈ, ਅਸਲ ਤਸਲੀਮ ਕਰਵੇ ਨੇ ਤੁਹਾਡਾ ਬਾਬਾ ਸੱਚਾ ਹੈ। ਲੇਕਿਨ ਇਹ ਦਲੀਲ ਨਹੀਂ, ਪੂਰੀ ਤਵਜੋ ਭਾਈ, ਇਹ ਦਲੀਲ ਨਹੀਂ। ਜੋ ਤੁਸੀਂ ਗਾਕ ਰੱਖੀ ਹੱਥੇ ਲਿਤੇ ਫਰਮਾਉਂਦੇ ਪਿਓ ਮਨ ਵਜੋ ਮੇਰਾ ਬਾਬਾ ਸੱਚਾ, ਬੀਬੀਆਂ ਦੀ ਪਹਿਲੇ ਤੁਸਾਂ ਦੱਸਾਓ ਤੁਹਾਡਾ ਈਸਾ ਇਹ ਖਾਕ ਹਥੇਲੀ ਤੇ ਰੱਖ ਕੇ ਅਗਰ ਇੱਕ ਫੂਕ ਮਾਰੇ ਹੱਥ ਕਿਆ ਬਣਦਾ? ਉਹਨਾਂ ਕਿ ਬੀਬੀ ਪਰਿੰਦੇ ਬਣਦੇ ਹਨ ਜਿਹੜੇ ਹਵਾ 'ਚ ਪਰਵਾਜ਼ ਕਰਦੇ ਹਨ। ਸੱਯਦਾਂ ਤੇਰਾ ਮਹਿਮਾਨਾਂ, ਹੁਸੈਨ ਦਾ ਜ਼ਾਕਿਰਾਂ, ਅਗਰ ਹੱਕਦਾਰ ਹੋਵਾਂ ਤਾਂ ਸੱਯਦ ਦਾ ਹੱਕ ਤੂੰ ਨਾ ਰੱਖੇ, ਜਿਨ੍ਹਾਂ ਸੈਦਾਂ ਦਾ ਹੱਕ ਰੱਖੇ, ਜਿਹੜਾ ਕੰਮ ਉਹਨਾਂ ਨਾਲ ਥੀਂਦਾ ਪਏ ਤੂੰ ਬਿਹਤਰ ਜਾਣਦੇ। ਬੀਬੀਆਂ ਦੇ ਯਾਦ ਰੱਖੋ, ਅਗਰ ਤੁਹਾਡਾ ਹਿੱਸਾ ਇਸ ਖਾਕ ਨੂੰ ਫੂਕ ਮਾਰੇ ਤਾਂ ਪਰਿੰਦੇ ਬਣਦੇ ਨੇ, ਅਗਰ ਇਸ ਖਾਕ ਨੂੰ ਮੈਂ ਫੂਕ ਮਾਰਾਂ ਤਾਂ ਈਸਾ ਬਣ ਸੀ। ਇਹਨਾਂ ਕਹਿੰਦੇ ਬੀਬੀ ਅਸ ਮੰਨ ਗਏ ਤੁਸੀਂ ਸੱਚੇ, ਤੁਹਾਡੇ ਬੱਚੜੇ ਸੱਚੇ, ਤੁਹਾਡਾ ਬਾਬਾ ਸੱਚਾ। ਮੇਰੇ ਬਾਅਦ ਮੇਰਾ ਵੀਰ ਹੈ ਛੋਟਾ, ਮੌਲਾ ਜ਼ਿੰਦਗੀ ਕਰੇ, ਚਾਚੇ ਮੁਖਤਾਰ ਹੁਸੈਨ ਦਾ ਇਹ ਭਤੀਜਾ ਹੈ, ਬਹੁਤ ਹੀ ਅੱਛਾ ਪੜ੍ਹਦੇ। ਮੌਲਾ ਉਹਨਾਂ ਦੀ ਦਰਜਾਤ ਬੁਲੰਦ ਕਰੇ, ਮੌਲਾ ਇਹਨਾਂ ਦੀ ਜ਼ਿੰਦਗੀ ਕਰੇ, ਬਹੁਤ ਅੱਛਾ ਪੜ੍ਹਦੇ। ਇੱਕ ਸੁਣ ਸੋ, ਇਹ ਤੁਹਾਡਾ ਦਿਲ ਖੁਸ਼ ਕਰੇ ਸੀ। ਇਹਨਾਂ ਕਿ ਬੀਬੀ ਅਸਾਂ ਮੰਨ ਗਏ ਤੁਸਾਂ ਸੱਚੇ, ਤੁਹਾਡੇ ਬੱਚੜੇ ਸੱਚੇ, ਤੁਹਾਡਾ ਬਾਬਾ ਸੱਚਾ। ਇਹਨਾਂ ਦਾ ਇੱਕ ਪਾਦਰੀ ਹੈ ਬਾਬਾ ਤਾਰੀਖ ਵਾਲੇ ਦਾ ਨਾਂ ਲਿਖਦੇ ਨੇ ਸ਼ਾਮੂਨ। ਕਿਆ ਲਿਖਦੇ ਨੇ? ਸ਼ਾਮੂਨ। ਇਸ ਦੀ ਇੱਕ ਬੇਟੀ ਹੈ ਜਿਹਦੀ ਉਮਰ ਹੈ 16 ਸਾਲ, ਇਹਦਾ ਨਾਂ ਲਿਖਦੇ ਨੇ ਰਹੀਲਾ ਖਾਤੂਨ। ਰਹੀਲਾ ਖਾਤੂਨ ਇਹ ਧੀ ਦੇ ਕੋਲ ਆ ਖੜੇ, ਧੀ ਵਾਲੇ ਪਾਸੇ ਦੇਖ ਕੇ ਆਦੇ ਮੇਰੀ ਧੀ ਇਹਨਾਂ ਈਸਾਈਆਂ 'ਤੇ ਸਵਾਲ ਕਰ, ਤੋਹਫੇ ਇਕੱਠੇ ਕਰ, ਤੋਹਫੇ ਦਿਓ ਮੁਹੰਮਦ ਦੀ ਧੀ ਕੋ। ਮੈਂ ਚਾਹੁੰਦਾ ਜੋ ਮੁਹੰਮਦ ਦੀ ਧੀ ਅੱਜ ਖਾਲੀ ਨਾ ਵੰਜੇ। ਇੱਕ ਨਾਲ ਕੋਈ ਗੇਨ ਵਜੇ ਤਾਂ ਵੱਤ ਵੈਸੇ ਨਾ ਮੈਂ ਚਾਹੁੰਦਾ ਜੇ ਮੁਹੰਮਦ ਦੀ ਧੀ ਅੱਜ ਖਾਲੀ ਨਾ ਮੰਨੇ। ਪਿਓ ਦੇਖੋ ਹੱਥ ਬੰਨ ਕੇ ਆਦੀ, ਬਾਬਾ ਤੂੰ ਪਿਓ ਹੈ ਮੈਂ ਧੀ ਹਾਂ, ਬਾਬਾ ਤੇਰੇ ਹੁੰਦੇ ਮੈਂ ਸਵਾਲ ਕਰਾਂ। ਆਦੇ ਮੇਰੀ ਧੀ ਮੈਂ ਇਹਨਾਂ ਦਾ ਪਾਦਰੀ ਹਾਂ, ਕੁਝ ਮੇਰੇ ਦੋਸਤ ਹਨ, ਕੁਝ ਮੇਰੇ ਦੁਸ਼ਮਣ ਹਨ, ਅਗਰ ਮੈਂ ਸਵਾਲ ਕਰਾਂ ਜਿਹੜੇ ਦੋਸਤ ਨੂੰ ਖਾਲੀ ਨਾ ਵਾਲੇ ਸਨ, ਜਿਹੜੇ ਦੁਸ਼ਮਣ ਹਨ ਹੋ ਸਕਦੇ ਮੈਂ ਕੋ ਖਾਲੀ ਵਾਲਾ ਵਿਨ।
دھی دو اشارہ کر کے دے میری دھی اگر تو سوال کریں تے کو کوئی خالی نہ ولے سی جو دھی کو دشمنی خالی نہیں ولے گا نوکر بابا نوکر واسطے کیوں پہن دیو میں نوکر کیتا سوار رہیلا خالی نول آیا عیسائیاں بڑے تحفے کٹھے کیتے ہیں بڑے چار حصوں دے وچ تحفے تقسیم کیتے میری آواز تو پہنچتی پی ہے نا ای طریقے نال چار حصے بنائے چار حصے بنا کے بی بی دے کول آ بیٹھی قدمہ تلے تحفے رکھ کے ہاتھ بن کے دی بی بی اثر اتنا ہو گئے میرے دل جو حسین میرے کو کچھ منگے تے میں حسین کو کچھ دیواں بی بی آدھی میرا حسین منگن والا نہیں میرا حسین دے بن والا بابا جی لفظ لفظ دی قدر ہوئی ہے ان لفظ دی قدر ضرور کرے بھائی جان میرا حسین منگن والا نہیں میرا حسین دیوان والے کہیں دی تے تو دھی ہیں اگر دھی تھی کہ سوال کی تئی میں محمد دی دھی تے کو خالی نہ ولیں دی میں جان دیاں جو خالی ولن دا درد کتنا ہوندے بی بی آدھی اے اگر دھی تھی کہ سوال کی تئی لفظ لفظ دی قدر کتنے لفظ دی قدر ضرور کرے بی بی ٹھڈا سا بھر کے آدھی آج میرا حسین کچھ نہیں منگدا کچھ عرصے بعد میرا ایو حسین تیرے کنو کفن منگسی جے ہے کیتی علی دی دھی راضی ہوئی جے ہے کیتی علی دی دھی راضی ہوئی شاباش میں نوکر بابا میں نوکر میں نوکر میں نوکر نوکر زندگی میں نوکر بابا نوکر کفن لنا مائے میں کو مومن دے رون والی آنکھ دی قسم ماتمی دے ہاتھ دی قسم عباس دے علم دی قسم اج اتنے عرصے بعد میری زبانی سن کے تساں ایڈی وڈی ڈھا نکلی تواڈی تساں رو پئے ہو اسیں حسین نال محبت کردے ہیں پیار کردے ہیں ایویں جترونے ہو بولو تے جڑی بیٹھی حسین دے سامنے آئی حسین نال محبت اتنی پیار اتنا تے او پہلا تحفہ دیونا چاہندی ہے تے بی بی کفن منگے او نرو نہیں ہو سی لاہور دی ملکہ طاقت نے میں جرت نے میں میری سہنی لفظ اتنا اثر نے میں میں دھرتی تے اتنے درد نال سمجھاواں جو ہر آزادار دے منہ چ میں ہے دی آواز سن کے نا کفن لنا میں رہیلا دا جسم کمبے قدماں تے ہاتھ رکھ کے ہاتھ بن کے دی بی بی اگر کفن ذمہ لاونا ہاوی تے کہیں مسلمان دلاویں ہا جے ہے نہیں کیتی میرا دل دکھے جے ہے نہیں کیتی میرا دل دکھے میں نہ کرواں تو کر میری محبت ہے بھائی سردار تیری محبت اگر کفن دی ملاونا ہاوی کہیں مسلمان دلاوی ہا اسا مسلمان جی بابا بڑا سونا لفظ پی آخر کفن منگسی کفن ضرور دے میرا ایو حسین کفن منگسی ادی بابی بی بی او کیڑا دی ہو سی او کیڑی خوش گھڑی ہو سی او کیڑا ٹائم ہو سی جدہ میرے کنو حسین کفن منگسی بی بی ادی محمد دی دیو کے دعا پہ کر دیاں اس کفن دے بدلے تو بہت بڑی تاجرہ بن سے کتنے ملک ہو سن جڑے تیرے مقروض ہو سن
لیکن یاد رکھیں بندے وقت چوں وقت والے پاسے آمن تو وقت والی گلیں بھول پہ جڈا وڈا وقت لگی میرے حسین دا کفن نہ بلا یہ وقت بھی پریشان تھی لگی بی بی ادی پریشان نہ تھی نہ میں تو حسین دی پہچان کراں بی بی حسین کو اپنی جھولی چ بلایا اپنی چادر نال بی بی حسین دا چہرہ چھپایا لفظ لفظ دا میں سید زامن ہے ایک ایک ستر دا زامن ہے چہرہ چھپا کے بی بی ادی قریب کہی لگ رہی بھائی بی بی ادی روندیوں اکھاں صاف کر کیونکہ روندیوں اکھاں چوں گھٹ نظر آندے روندیوں اکھاں چوں گھٹ نظر آندے بی بی ادی پہلے اپنی اکھاں صاف کر اکھاں صاف کیتے نے بی بی ادی کراواں حسین دی پہچان جی بی بی کراؤ بی بی ادی پہلے پہلے میرے حسین دا اے ہاتھ دیکھ بی بی میں ڈٹھے بی بی ادی ذرا غور نال دیکھنا بی بی میں غور نہ لٹھے بی بی آدھے غور نہ لٹھی دسا انگلی کتنے ہیں رہیلا دیے پانچ بی بی آدھے یاد رکھیں اے چار ہو سنی واہ 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 تھک پہ ہو یار جوان میرے حسین دے بازو دیکھ میرے حسین دا وجود دیکھ میرے حسین نے پیر دے جڑا منہ ملا دے میرے دل چ قبر حسین نے آندا مجلس چاں ذاکر دے لفظ دی سمجھ آندی ہے اللہ جانے میرے منہ چ ہائے کیوں نہیں نکلدی اتنے مجمع چ مومن دیکھنا چاہنا رہیلا قدمہ تے ہاتھ رکھ کے ہاتھ بن کے دی بی بی ہمیشہ پہچان چہرے چہرہ چھپیندے ہو ہاتھ رکھیندے ہو بی بی ادی نہ روا جڑا تائیں حسین دے قریب آونے حسین دا نال سر کوئی نہیں اومڑا جنہاں دی توجہ میرے پاس آئی تے انہاں دی ڈھا نکل گئی بس قدم میں کرئی آون والے عزدار کو نہیں روکا جتھا کہندا دل کرے اتھا میرے واری بہ سکدے میرے اتنی جرت نہیں میری اتنی پاور ہی نہیں میں وہ کچھ جھنک دے وہاں جہاں دروازے تھے وہاں میں سجاد استقبال کروں جہاں رومنے اون رومنے بس ختم بی بی ٹر گئی رہیلا ٹر گئی رہیلا دی شادی ہو گئی رہیلا دا بھجن بیٹا جما ان دے وڈے پتر دا ناں ہے عبدل مسیح جڑا ماں دے نال تجارت دے کاروبار تے ونجیا جے کو محمد دی دھی آکھے تو وڈی تاجرہ بن سیں بھائی جانو کیڈی وڈی تاجرہ بنی ہو سی کتنے ملک ہیں جڑے دے مقروض ہیں اے ضعیفہ تھی چکی ان دے سر دیوال سفید تھی گئے ان دی کمر جھک گئی ایک پتر من کرے نہ ماں سارے نال نہ ٹری کر کتنے ملک ہیں جڑے سارے مقروض ہیں ہن لوگ سارے تے مذاق کر دیں اسا کاروبار سنبھال گن سوں کمر سدھی کر کے پتراں دی اکھ چک پا کے آکھیا میں کو کاروبار دی لالچ تو ٹر دیاں دیکھے نا کیوں ٹر دیا دے ٹر دی تا مت کہ منزل تے میرے کنو حسین کفن منگدا میں نو کروا دے انہوں حسین تے دکھ شروع نہ نہ ٹر گیا بعد پاسا زخمی بابے کو ضرب لگ گئی حسن دے میں دی تیر لگے سجنا دے درداں کو روندا ودا ہا جو غریب دا امت کو وطن تے وسن پسند ہو وین کرن تو پہلے میں منت کردا رہنا ہر عزادار دی ہتھ بدی کھنا پہلے وین تے رومن نہ آوے اتنی ہائے کریں اتنی ہائے کریں تیری ہائے دی آواز قریب والا مومن سن کے نہیں ہائے کرن نال بندے تھک دے نہیں ہائے او کرن دے جندا دل لک دے 28 رجب غریب تو مدینہ چھٹے رہیلا تو وطن چھٹے چاچا سہی مکین حاج کہیں پڑھ ندا دو نو کربلا پہنچے چھیویں دی دیگر کولی دی اندھیاں دا پانی بند تھی گئی
ਸਤਵੀਂ ਦਰੀ ਐਲਾਨ 30,000 ਫੌਜ ਦਾ ਦਸਤਾ ਆ ਗਏ। ਹਰ ਕੇ ਸੁਣਿਆ ਅਕਬਰ ਦੇ ਬਾਬੇ ਸੁਣੇ ਵੱਧ ਐਲਾਨ 20,000 ਫੌਜ ਆ ਗਈ। ਹਰ ਕੇ ਸੁਣਿਆ ਅਕਬਰ ਦੇ ਬਾਬੇ ਸੁਣੇ ਵੱਧ ਐਲਾਨ 3,000 ਫੌਜ ਦਾ ਦਸਤਾ ਆ ਗਏ। ਜਿਹੜੇ ਮੋਮਿਨ ਦੀ ਮਿਲਾਦ ਕੀਤੀ ਅਤੇ ਜਾਣ ਤੱਕ ਉਹ ਹੈ ਨਹੀਂ ਕਰ ਸੰਗਾ। 3,000 ਦਾ ਨਾਮ ਹੈ ਹੁਸੈਨ ਆਦਿਆਲੀਆ ਭੈਣ ਗੱਲ ਆਈ। 3,000 ਫੌਜ ਚੋਂ ਮੇਰੇ ਅਕਬਰ ਦਾ ਕਾਤਲ ਆ ਗਏ। ਆਲੀਆ ਭੈਣ ਗੱਲ ਆਈ। 3,000 ਫੌਜ ਚੋਂ ਮੇਰੇ ਅਕਬਰ ਦਾ ਕਾਤਲ ਆ ਗਏ। ਨਾਵੀਂ ਦਰੀ ਨੌਕਰ ਬਾਬਾ ਨੌਕਰ 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 ਕੋਈ ਉਬਾਲ ਨਹੀਂ ਬਾਬਾ ਕੋਈ ਉਬਾਲ ਨਹੀਂ। ਨਾਵੀਂ ਦਰੀ ਰਹੀ ਲਾ ਸਫ਼ਰ ਚ ਨਾਵੀਂ ਦੀ ਰਾਤ ਔਖੀ ਰਾਤ ਬਜ਼ੁਰਗ ਮੇਰੇ ਸਾਹਮਣੇ ਮੌਜੂਦ ਬੈਠੇ ਮੇਰੀ ਗਵਾਈ ਦੇ ਸਨ। ਬਜ਼ੁਰਗ ਜ਼ਾਕਿਰ ਪੜਦੇ ਨੇ ਦੀ ਔਖੀ ਰਾਤ ਹੁਸੈਨ ਜੇ ਸਾਬਿਰ ਚਾਰ ਇਸੇ ਤਕਸੀਮ ਕੀਤੀ। ਜਿਹੜੇ ਕੜੀਆਲ ਜਵਾਨ ਬੈਠੇ ਉੱਤੋਂ ਦੇ ਹਿੱਸੇ ਦਿਲਾ ਉਹ ਆਖਣ ਲੱਗਾ ਦਾਵੀ ਦੀ ਰਾਤ ਦਮੀਏ ਤ੍ਰੀਏ ਭੈਣਾਂ ਕੋਲ ਆ ਕੇ ਜਦ ਹੁਸੈਨ ਸਾਡੇ ਅਕਬਰ ਕੋਲ ਆ ਕਜ਼ਾਨ ਸੁਣਾਵੇ ਸੈਯਦਾ ਦੇ ਮੇਰਾ ਸੋਹਣਾ ਬਜੜਾ ਅਜ਼ਾਨ ਸੁਣਾ ਅਕਬਰ ਆ ਕੇ ਅੱਲਾਹ ਅਕਬਰ ਅਲੀ ਦੀ ਜੀ ਅਜੇ ਮਾਇਆ ਕੁਰਾਨ ਬੰਦ ਕਰੋ ਮੇਰੇ ਅਕਬਰ ਦੀ ਆਖਰੀ ਅਜ਼ਾਨ ਇਹ ਮਾਤਮੇ ਇਹ ਮਾਤਮੇ ਬੇਮਾ ਕੋ ਨਸੀਬ ਬੇਮਾ ਕੋ ਨਸੀਬ ਬੇਮਾ ਕੋ ਨਸੀਬ ਕਿਆ ਬਾਤ ਕਿਆ ਬਾਤ ਹੈ ਯਾਰ ਕਿਆ ਬਾਤ ਹੈ ਬੇਮਾ ਕੋ ਨਸੀਬ ਹੋਵੇ ਇੱਕ ਦੋ ਜਣ ਬੰਦਾ ਵੀ ਕੋਈ ਨਹੀਂ ਉਹ ਜਿਹੜੇ ਲੋਕ ਸਾਡੇ ਤੇ ਇਤਰਾਜ ਕਰੇ ਲੈਂਦੇ ਸਾਡਾ ਬੱਚਾ ਗੁਰੂ ਨਾ ਦੇਖ ਇੱਕ ਦੋ ਜਣ ਮਾਂ ਪਿਓ ਦਾ ਸਹੀ ਬੰਦਾ ਕੋਈ ਨਹੀਂ ਜਿਹੜਾ ਹੁਸੈਨ ਕੋ ਖੜਾ ਰੋਂਦਾ ਹੈ ਬਿਠਾ ਰਹੇ ਸੋ ਬਿਠਾ ਰਹੇ ਸੋ ਜਵਾਨੀ ਹੋਵੇ ਜਵਾਨੀ ਹੋਵੇ ਜਵਾਨੀ ਹੋਵੇ ਆਲੇ ਮਾਇਆ ਕੁਰਾਨ ਬੰਦ ਕਰੋ ਮੇਰੇ ਅਕਬਰ ਦੀ ਆਖਰੀ ਅਜ਼ਾਨ ਸੁਣੋ ਅਕਬਰ ਅਜ਼ਾਨ ਮੁਕਈ ਹੁਸੈਨ ਜਮਾਤ ਕਰਾਈ ਕਰਬਲਾ ਦੇ ਮੈਦਾਨ ਸ਼ਹਿਦਾਦ ਜੋ ਪਹਿਲਾ ਸ਼ਹੀਦ ਸ਼ਹਿਦਾਦ ਅਕਬਰ ਹੈ ਸੈਯਦਾ ਦਾ ਜੇ ਕੋ ਬਰਛੀ ਲਗੀ ਦੇ ਅਲੀ ਦੀ ਅਮੀਆਂ ਮੱਥਾ ਨਵਾ ਤੱਕੀ ਦੇ ਅੱਜ ਅਕਬਰ ਕੁਰਾ ਗੇ ਨੇ ਰੁਣੀਆਂ ਸ਼ਬੀਰ ਕਾਸਿਮ ਦੇ ਟੁਕੜੇ ਇਕੱਠੇ ਕਰਕੇ ਹਿਲਾਇਆ ਅੱਜ ਕਾਸਿਮ ਕੁਰਾ ਗੇ ਨੇ ਰੁਣੀਆਂ ਸ਼ਬੀਰ ਮਹਿਮਾਨਾਂ ਦੇ ਨਾਂ ਦੇ ਵੇਣ ਕੀਤੇ ਅੱਜ ਮਹਿਮਾਨਾਂ ਕੁਰਾ ਗੇ ਨੇ ਰੁਣੀਆਂ ਸ਼ਬੀਰੀ ਅੱਜ ਵੇਣ ਕੀਤੇ ਜੋ ਹਰ ਪਰਦਾਦਾਰ ਆਪਣੀ ਚਾਦਰ ਸੰਭਾਲੀ ਹੈ ਸਹੀ ਅਨੂ ਯਾਦ ਕੇ ਮਰਦ ਰਹਿ ਗਿਆ ਤੇ ਲੋਕ ਮੈਂ ਗਰੀਬ ਮੇਰਾ ਗਾਜ਼ੀ ਲਹਿ ਗਏ ਆਦੇ ਮੇਰੀ ਕਮਰ ਟੁੱਟ ਗਈ ਏ ਮੇਰੀ ਦੀਦ ਸ਼ਾਬਾਸ਼ ਸ਼ਰਮਾ ਕੇ ਨਹੀਂ ਸ਼ਰਮਾ ਕੇ ਨਹੀਂ ਜੀ ਜੀ ਜਾਮ ਜੀ ਜੀ ਜਾਮ ਜੀ ਜੀ ਜਾਮ ਹੁਣ ਮਹਿਕ ਦਾ ਆਵਾਜ਼ ਵਧੇ ਸਰ ਜੀ ਜੀ ਜਵਾਨੀ ਜਵਾਨੀ ਹੋ ਗਈ ਜਵਾਨੀ ਹੋ ਗਈ ਜਵਾਨੀ ਹੋ ਗਈ ਕੋਈ ਉਬਾਲ ਨਹੀਂ ਕੋਈ ਉਬਾਲ ਨਹੀਂ ਆਖਰੀ ਕੁਰਬਾਨੀ ਕਹਿੰਦੀ ਜ਼ਰਾ ਮੈਂ ਕਬੂਲ ਕੇ ਜਵਾਬ ਦਿਓ ਹਰ ਲਵ ਤੇ ਬਾਬਾ ਜੀ ਜਲਦੀ ਕੀਤੇ ਲਵ ਤੇ ਜਲਦੀ ਨਕਰੇ ਸਾਂ ਆਖਰੀ ਕੁਰਬਾਨੀ ਕਹਿੰਦੀ ਸ਼ਹਿਜ਼ਾਦ ਅਲੀ ਅਸਗਰ ਭਲੋ ਵੀ ਥੋੜ੍ਹੀ ਜਿਹੀ ਜਾਫਰੀ ਸਾਹਿਬ ਅਲੀ ਅਸਗਰ ਦੀ ਗੁਰਬਤ ਸੁਣਾਉਣਾ ਚਾਹੁੰਦਾ ਅਕਬਰ ਕੋ ਬਰਛੀ ਲੱਗੀ ਸ਼ਬੀਰ ਬਰਛੀ ਛਿੱਕੀ ਦੇ ਲੱਗਦੀ ਜਿੱਠੀ ਨਾ ਕਾਸਿਮ ਦੇ ਟੁਕੜੇ ਕੱਟੇ ਕੀਤੇ ਨੇ ਚੱਜ ਦੇ ਜੀ ਦੇ ਰਿਛੇ ਦੀ ਨੇ ਸਾ ਅਪਾਲ ਦੇ ਪਾਲੂ ਚੈਨੇ ਜਵਾਨੀ ਵੀ ਕਲਮ ਥੀ ਦੇ ਰਿਛੇ ਦੀ ਨੇ ਉਹ ਜਵਾਨੋ ਅਲੀ ਅਸਗਰੇ ਦਾ ਗਰੀਬੇ ਜਿੰਦਾ ਤੀਰ ਪਿਵਾਂਦਾ ਦਿੱਠੇ ਬਚੜੇ ਕੋ ਲੱਗਦਾ ਦਿੱਠੇ ਅਲੀ ਅਸਗਰ ਬੁੱਧੀ ਨੂੰ ਵੇਲੇ ਲੱਗੇ ਜਿਹੜੇ ਸ਼ਬੀਰ ਬਚੜੇ ਦਾ ਮੂੰਹ ਪਿਆ ਚੁੰਮਦਾ ਸੈਯਦਾ ਦੇ ਬਾਬੇ ਦੀ ਗੁਰਬਤ ਰਾਜ ਨਥੀ ਵੇ ਬੇਨਾ ਬੋਲੀ ਇਹ ਮਾਤਮੇ ਇਹ ਮਾਤਮੇ ਜੀ 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 ਮਾਮਾ ਜੀ ਜੀ ਮਾਮਾ
ਫਕੀਰੂ ਵੇਲੇ ਲੱਗੇ ਜਿਹੜੇ ਸ਼ਬੀਰ ਬਚੜੇ ਦਾ ਮੂੰਹ ਪਿਆ ਚੁੱਭਦਾ। ਕਫਨ ਕੋਈ ਨਹੀਂ, ਅਲਮ ਤੇ ਮੇਰਾ ਹੱਥ ਏ,
اگر تو قدر نہ کریں دا محول کڑے کے حق بندہ میں چھوڑ بنیا لیکن میں کنجوسی نہ کریں دا ہو سنگدے میری جہزادار دی جنگی دی آخری مجلس ہوئے کفن لانا میں ضعیفہ جلدی دنال کفن چاہے بڑھ گئی ہے کربلا بڑھ گئی ہے کربلا بڑھ گئی ہے کربلا حوصلہ 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 سیدہ دے سنیان سیدہ دے سنیان میں وہ حسین آدھے مولا کلمہ پڑھا کلمے دے بعد آدھے مولا اپنی امانہ سنبھال سیدہ چار دفعہ دبھیر دبھیرا دزوارا تیدہ مہمانا ہاتھ بدی کھنا بیا کوئی ہائے کرے نہ کرے گھر اتنے پنڈال کہ مومن دی چار سال لیے تہائے ضرور کرے امانہ دا نام ہے سیدہ دے اممہ کو اکسہ دے وعدہ پورا کی دے لیکن میں کفن نہ پیدا آپ دے کفن کیوں نہیں پیدا سیدہ دے امام جان دا مارشار دے میدان جو میری دی میلے چولے نال او جے دی دا کفن ہوئے دا پیو کفن کی میں اچھا بابا توری چیتی ناڑی ہو حکم درو حوصلہ تھوڑا ڈبل آواز کر بھی رون ڈبل آواز میں حکمین سنے نا چھوڑی میں نا جو برداشت نہ کرے نا جو میں سن کوئی ابال نہیں سیدہ دے امام جاندا محشر دے میدان وچ میری دھی محل چول نال اٹھی سیدہ دے جن دھی دا کفن ہوئے ہوندا پیو کفن سیدہ دے میں کربلا دا غریب حسین حوصلہ جوانی حوصلے نال حوصلہ ویرون حوصلہ چھوڑی وے نام تیری محبت مجبور چکی دے او وین سنے نا جڑا وین تو سننا جانے جڑے کڑیا جوان بیٹھے ہو میرے ہتھاں دے نگاہ رکھائے بابا جی رہیلا کوشش کیجئے جو غریب کو کفن پواما غریب دی لاش تڑپیے رو کیا دے نا کفن پوا میں بے قص کو یا منت غریب تے لائی بن میری بھیڑا سکھ دیا اے بڑی کربلا اے بڑی کربلا اے بڑی جڑے ہلکے دماغ میں ذرا ہاتھ تو کرو جڑے ہلکے دماغ نہیں ہو جس بیٹھے ہو امام بارگاہ میں سید نال ہک وعدہ کرو اگلی صدر درو مناوے بھائیان چہرے دماتم ضرور کرے سو اٹھائیے جتا غازی دی لاش ہے قدمہ دے حضرہ کے اتمان کیا دے مولا غازی ہے مر ونجر دے بعد بے چین کیوں ہے اوہلے مولا عباد دی لاش تڑپی ہے دے لاش جواز ہے اوہ میں مائے ہاتھ کو تڑپے دے رہے میں دی سین